ਕਿਸੇ ਵਿਦਿਆਰਥੀ ਨੇ ਆਪਣੇ ਵਿਦਵਾਨ ਅਧਿਆਪਕ ਨੂੰ ਪੁੱਛਿਆ, ਸਰ ਭਾਸ਼ਾ ਕੀ ਚੀਜ਼ ਹੈ? ਅਧਿਆਪਕ ਨੇ ਕਿਹਾ, ਭਾਸ਼ਾ ਚੀਜ਼ਾਂ ਦੇ ਨਾਮ ਰੱਖਣ ਦਾ ਹੀ ਨਾਮ ਹੈ। ਇਸ ਜਹਾਨ 'ਤੇ ਹਰੇਕ ਚੀਜ਼ ਦਾ ਕੋਈ ਨਾਮ ਹੈ, ਹਰੇਕ ਸ਼ਖਸ ਦਾ, ਹਰੇਕ ਸ਼ਹਿਰ ਦਾ, ਹਰੇਕ ਪਿੰਡ ਦਾ ਕੋਈ ਨਾਮ ਹੈ। ਪੰਜਾਬ ਦੇ ਇੱਕ ਪਿੰਡ ਦਾ ਨਾਮ ਹੈ ਹਸਨਪੁਰ। ਇਹ ਨਾਮ ਲੈਂਦਿਆਂ ਹੀ ਸਾਨੂੰ ਇੱਕ ਹੋਰ ਨਾਮ ਯਾਦ ਆ ਜਾਂਦਾ ਹੈ, ਇੰਦਰਜੀਤ। ਇੰਦਰਜੀਤ ਹਸਨਪੁਰੀ ਪੰਜਾਬੀ ਦਾ ਮਸ਼ਹੂਰ ਗੀਤਕਾਰ ਅਤੇ ਫਿਲਮਕਾਰ। ਉਹ ਅੱਜ ਕੱਲ੍ਹ ਹਸਨਪੁਰ ਨਹੀਂ ਵੱਸਦਾ, ਪਰ ਹਸਨਪੁਰ ਉਸਦੇ ਅੰਦਰ ਵੱਸਦਾ ਹੈ। ਉਸਦਾ ਕੋਈ ਗੀਤ ਉਸਦੇ ਪਿੰਡ ਦੇ ਨਾਮ ਬਿਨਾਂ ਮੁਕੰਮਲ ਨਹੀਂ ਹੁੰਦਾ। ਉਹ ਲਿਖਦਾ ਹੈ, ਹਸਨਪੁਰੀ ਤੇਰਾ ਨੀ ਬਣਾ ਨਾ ਦੇਵੇ ਗੀਤ ਕਿਤੇ ਮੋਰਾਂ ਵਾਂਗੂ ਪਹਿਲਾਂ ਪਾਉਂਦੀ ਦਾ। ਪਰ ਇੱਕ ਹੋਰ ਸ਼ਾਇਰ ਕਹਿੰਦਾ ਹੈ ਕਿ ਨੰਗੀ ਸ਼ਾਖ ਨੂੰ ਉਸਦੇ ਹੀ ਪੱਤਿਆਂ ਵਿੱਚ ਲੁਕੋ ਦੇਵੇ, ਇਹਨਾਂ ਕਣੀਆਂ ਨੂੰ ਕੋਈ ਕਾਸ਼ ਲਫਜ਼ਾਂ ਵਿੱਚ ਪਰੋ ਦੇਵੇ। ਸੋ ਆਓ ਸੁਣਦੇ ਹਾਂ ਪੰਜਾਬ ਦੇ ਗੱਭਰੂਆਂ ਅਤੇ ਮੁਟਿਆਰਾਂ ਦੇ ਜਜ਼ਬਿਆਂ ਨੂੰ ਲਫਜ਼ਾਂ ਵਿੱਚ ਪਰੋਣ ਵਾਲੇ ਮਸ਼ਹੂਰ ਗੀਤਕਾਰ ਦਾ ਸਫ਼ਰ, ਉਸਦੀ ਆਪਣੀ ਜ਼ਬਾਨੀ। ਮੇਰਾ ਨਾਨਕਾ ਪਿੰਡ ਅਕਾਲਗੜ੍ਹ ਜ਼ਿਲ੍ਹਾ ਲੁਧਿਆਣੇ ਵਿੱਚ, ਜਿੱਥੇ ਮੇਰਾ ਜਨਮ ਹੋਇਆ, ਅਤੇ ਮੇਰਾ ਪਿੰਡ ਹਸਨਪੁਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਤੋਂ 13-14 ਕਿਲੋਮੀਟਰ ਦੇ ਫਾਸਲੇ 'ਤੇ ਹੈ। ਅਸੀਂ ਦਿੱਲੀ ਰਹਿੰਦੇ ਸਾਂ। ਮੇਰੇ ਪਿਤਾ ਜੀ ਠੇਕੇਦਾਰ ਸਨ। ਉਹ 1924 ਤੋਂ ਲੈ ਕੇ 1947 ਤੱਕ ਠੇਕੇਦਾਰੀ ਕਰਦੇ ਰਹੇ ਦਿੱਲੀ ਦੇ ਵਿੱਚ। ਸਰ ਸੋਭਾ ਸਿੰਘ, ਜਿਹੜੇ ਸਰਦਾਰ ਖੁਸ਼ਵੰਤ ਸਿੰਘ ਜੀ ਦੇ ਪਿਤਾ ਜੀ ਸਨ, ਉਹਨਾਂ ਦੇ ਅਸੀਂ ਠੇਕੇਦਾਰ ਸੀ। ਬਹੁਤ ਸਾਰੀਆਂ ਬਿਲਡਿੰਗਾਂ ਉਹਨਾਂ ਦੀਆਂ ਸਾਡੇ ਹੱਥਾਂ 'ਚ ਬਣੀਆਂ, ਅਤੇ ਮੈਂ 1947 ਤੱਕ ਉੱਥੇ ਆਪਣਾ ਵਿੱਦਿਆ ਪ੍ਰਾਪਤ ਕੀਤੀ। ਔਰ ਉਸ ਤੋਂ ਬਾਅਦ ਉਹ ਗੁਜ਼ਰ ਗਏ। ਉਹਨਾਂ ਦੇ ਗੁਜ਼ਰਨ ਤੋਂ ਬਾਅਦ ਅਸੀਂ ਇੱਕਦਮ ਅਰਸ਼ ਤੋਂ ਫਰਸ਼ 'ਤੇ ਆ ਡਿੱਗੇ, ਅਤੇ ਸਾਡਾ ਸਭ ਕੁਝ ਜਿਹੜਾ ਸੀਗਾ ਉਹ ਉੱਥੇ ਬਰਬਾਦ ਹੋ ਗਿਆ। ਅਸੀਂ ਮੁੜ ਕੇ ਆਪਣੇ ਪਿੰਡ ਹਸਨਪੁਰ ਆ ਗਏ, ਅਤੇ ਹਸਨਪੁਰ ਆ ਕੇ ਨਵਾਂ ਜੀਵਨ ਸ਼ੁਰੂ ਕੀਤਾ। ਗੀਤ ਲਿਖਣ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ। ਜਦੋਂ ਮੈਂ ਨੰਦ ਲਾਲ ਨੂਰਪੁਰੀ, ਫਿਰੋਦਿਨ ਸ਼ਰਫ ਇਹਨਾਂ ਦੇ ਗੀਤ ਸਕਰੀਨ 'ਤੇ ਦੇਖਦਾ ਫਿਲਮਾਂ ਦੇ ਵਿੱਚ, ਤਾਂ ਮੇਰਾ ਜੀ ਕਰਦਾ ਵੀ ਕਦੇ ਮੈਂ ਵੀ ਗੀਤ ਲਿਖਾਂ, ਅਤੇ ਮੇਰਾ ਨਾਮ ਵੀ ਇਸ ਤਰ੍ਹਾਂ ਸਾਹਮਣੇ ਲਿਖਿਆ ਹੋਵੇ, ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। ਔਰ ਮੈਂ ਇਸ ਪਾਸੇ ਲੱਗਿਆ ਰਿਹਾ। ਕਰਦਿਆਂ ਤੋਂ ਝਿੜਕਾਂ ਵੀ ਖਾਧੀਆਂ, ਮਾਰ ਵੀ ਖਾਧੀ ਇੱਕ ਦੋ ਵਾਰੀ, ਲੇਕਿਨ ਇਹ ਮੈਂ ਛੱਡ ਨਾ ਸਕਿਆ। ਇਹ ਸ਼ੌਕ ਮੇਰਾ ਵੱਧਦਾ ਹੀ ਚਲਿਆ ਗਿਆ। ਇੱਕ ਮੈਨੂੰ ਪੇਂਟਿੰਗ ਦਾ ਔਰ ਇੱਕ ਮੈਨੂੰ ਇਹ ਗੀਤ ਲਿਖਣ ਦੇ ਦੋ ਸ਼ੌਕ ਸਨ। ਪੇਂਟਿੰਗ ਮੇਰੀ ਰੁਜ਼ਗਾਰ ਦਾ ਸਾਧਨ ਬਣਿਆ। ਮੈਂ ਲੁਧਿਆਣੇ ਆ ਕੇ ਦੁਕਾਨ ਪਾ ਲਈ, ਇੱਥੇ ਮੇਰਾ ਪੇਂਟਿੰਗ ਦਾ ਕੰਮ ਚੰਗਾ ਚੱਲਿਆ, ਔਰ ਮੈਂ ਨਾਲ ਨਾਲ ਗੀਤ ਲਿਖਦਾ ਰਿਹਾ। ਮੇਰਾ ਗੀਤ ਇੱਕ ਬਹੁਤ ਨਾਮਵਰ ਆਪਣੇ ਜ਼ਮਾਨੇ ਦੇ ਗਵੱਈਏ ਸਨ, ਸ਼ਾਦੀ ਲਾਲ ਅਤੇ ਬਖਸ਼ੀਸ਼ ਸਿੰਘ ਬਖਸ਼ੀ ਐਂਡ ਪਾਰਟੀ। ਉਹਨਾਂ ਨੇ ਮੇਰਾ ਇਹ ਗੀਤ ਪਸੰਦ ਕਰਕੇ ਰੇਡੀਓ 'ਤੇ ਪਹਿਲੀ ਵਾਰ ਗਾਇਆ। ਇਹ ਮੇਰਾ ਖਿਆਲ ਹੈ 1952-53 ਦੀ ਗੱਲ ਹੈ। ਅਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਸੀਂ ਇਹ ਗੀਤ ਰੇਡੀਓ 'ਤੇ ਗਾ ਦਿਆਂਗੇ, ਪਰ ਅਸੀਂ ਇਹਦੇ ਵਿੱਚ ਤੇਰਾ ਨਾਂ ਨਹੀਂ ਲੈ ਸਕਦੇ, ਕਿਉਂਕਿ ਉੱਥੇ ਜਿਹੜੇ ਮਨਜ਼ੂਰਸ਼ੁਦਾ ਸ਼ਾਇਰ ਹੁੰਦੇ ਨੇ, ਅਪਰੂਵਡ ਪੋਇਟ ਹੁੰਦੇ ਨੇ, ਉਹਨਾਂ ਦੇ ਗੀਤ ਗਾਏ ਜਾ ਸਕਦੇ ਨੇ, ਅਸੀਂ ਲੋਕ ਗੀਤ ਕਹਿ ਕੇ ਗਾਵਾਂਗੇ। ਮੈਨੂੰ ਧੱਕਾ ਤਾਂ ਲੱਗਿਆ, ਪਰ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਇਹ ਤਾਂ ਪਤਾ ਲੱਗੇਗਾ ਕਿ ਮੈਂ ਗੀਤ ਲਿਖਣ ਦੇ ਕਾਬਿਲ ਹਾਂ, ਮੇਰੇ ਗੀਤ ਰੇਡੀਓ 'ਤੇ ਆ ਸਕਦੇ ਨੇ। ਉਹਨਾਂ ਨੇ ਉਹ ਗੀਤ ਗਾਇਆ। ਉਸ ਇੱਕੋ ਹੀ ਗੀਤ ਨੇ ਮੈਨੂੰ ਰਾਤੋ ਰਾਤ ਇੰਦਰਜੀਤ ਤੋਂ ਹਸਨਪੁਰੀ ਬਣਾ ਦਿੱਤਾ। ਉਹ ਇੰਨਾ ਪਾਪੂਲਰ ਹੋਇਆ, ਫਿਰ ਉਹਨਾਂ ਨੇ ਬਾਅਦ ਦੇ ਵਿੱਚ ਉਹ ਰਿਕਾਰਡ ਕਰਾ ਦਿੱਤਾ HMV ਦੇ ਵਿੱਚ। ਉਹਦੇ ਬੋਲ ਸਨ, ਸਾਧੂ ਹੁੰਦੇ ਰੱਬ ਵਰਗੇ, ਕੁੰਡ ਕੱਢ ਕੇ ਖੈਰ ਨਾ ਪਾਈਏ। ਆਪਣਾ ਦੇਵ ਤਰੀਕਿਆਂ ਵਾਲਾ ਅਕਸਰ ਕਹਿੰਦਾ ਹੁੰਦਾ ਕਿ ਅਗਰ ਇਹ ਗੀਤ ਮੈਂ ਨਾ ਸੁਣਦਾ ਤਾਂ ਮੈਂ ਕਦੇ ਗੀਤਕਾਰ ਨਾ ਬਣਦਾ, ਮੈਂ ਕਹਾਣੀਕਾਰ ਹੀ ਰਹਿ ਜਾਂਦਾ। ਸੋ ਇਸ ਤਰ੍ਹਾਂ ਮੇਰਾ ਗੀਤਾਂ ਦਾ ਸਫ਼ਰ ਸ਼ੁਰੂ ਹੋਇਆ। ਉਸ ਤੋਂ ਬਾਅਦ ਫਿਰ ਲਹਿਦਾ ਛੱਲੀਆਂ ਬਣਾ ਲਈ ਦਾਣੇ, ਮਿੱਤਰਾ ਦੂਰ ਦਿਆ, ਮਿੱਤਰਾਂ ਨੇ ਨਹੀਂ ਚੱਬਣੇ ਤੇਰੇ ਖੁਸ਼ਕ ਮੱਕੀ ਦੇ ਦਾਣੇ, ਜੇ ਮੁੰਡਿਆ ਸਾਡੀ ਤੋਰ ਤੂੰ ਦੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਖ ਲੇ ਮਜਾਜਣ ਜਾਂਦੀ ਦਾ, ਹੋਇਆ ਕਿ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ। ਇਸ ਤਰ੍ਹਾਂ ਬਹੁਤਾ ਹੌਲੀ ਤੋਰ ਮਿੱਤਰਾ ਮੇਰਾ ਨਰਮ ਕਾਲਜਿਆ ਧੜਕੇ, ਬਹੁਤਾ ਹੌਲੀ ਨਾ ਤੁਰਨ ਮੇਰਾ ਜਾਣੇ ਨਹੀਂ ਕਾਲਜੇ ਨੂੰ ਬੈਠ ਫੜ ਕੇ। ਚਾਂਦੀ ਰਾਮ ਦੇ ਬਹੁਤ ਸਾਰੇ ਗੀਤ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ। ਮੈਂ ਸਮਝਦਾ ਕਿ ਪ੍ਰਵਾਸ ਕਰਨ ਵਾਲਿਆਂ ਵਾਸਤੇ ਸਭ ਤੋਂ ਪਹਿਲਾਂ
रोकने की कोशिश मैं की भी साढ़े बच्चे बाहर ना जान ये गीत लिख के। इस तरह नाल फिर मैं गीत लिखता चला गया और अगे वधदा चला गया और मेरे गीत पंजाब दा कि बॉम्बे तक भी कोई भी आर्टिस्ट ऐसा नहीं जिन्हें नहीं गाए। मैं इस गल ते भी थोड़ा महसूस करदा फख्र महसूस करदा कि मेरे गीत मुहम्मद रफ़ी आशा भोंसले शमशाद बेगम मन्ना डे मतलब जिहदा भी तुसीं नाम लवो महेंद्र कपूर सारिया ने उन्होंने भी और इत्थे भी गुरदास मान हंसराज हंस उन्हां तों लै के सुरिंदर छिंदा चांदी राम शांति और होर बहुत सारे जिन्हें भी गाउण वाले तकरीबन हैं मेरा ख्याल है भी 100 तो उत्ते आवाज़ा ने मेरे गीत रिकॉर्ड कराए ने सुरिंदर कौर सुरिंदर कौर आसा सिंह मस्ताना कि जगजीत सिंह चित्रा सिंह और मैं बहुत सारे नवे कलाकारों नूं भी स्टेज पर लैके आया जिन्हां दे विच सिंगरां दे नाम लै जा सकते हैं। चांदी राम एक रक्षा पुलर सी उन्हूं मैं उत्थों फड़ के एक कलाकार दे दर्जे दे उत्ते पहुँचाउण दा यतन किया और वह बड़ा सफल होया। जगजीत सिंह भी कॉलेज के जमाने पढ़ता जिहड़ियां गज़लां अजकल इन्नियां मशहूर ने दा नाँ है उन्हें भी पहला सब तो मेरे को भोगल संस इत्थे हैं बहुत वड्डी फर्म है मैं उन्होंने बोर्ड लिखता हुंदा सी पेंटिंग का कम सी मेरा उन्होंने थ्रू सिफारिश नाल मेरे को आया और मेरे तो गीत लए और वह गीत जेड़े अज भी उहदी स्टेज कंप्लीट नहीं हुंदी जद तक वह गीत ना पढ़े कुड़ती मलमल दी ढाई दिन ना जवानी नाल चलदी सारे पिंड च पुआड़े पाए हाए नहीं तेरे गोरे रंग ने। और चित्रा सिंह का गीत चरखा मेरा रंगला विच सोने दियां मेखां वे मैं तेनू याद करां जद चरखे वल देखां। मीम मजहब दे दरवाजे उच्चे राह रबानी मोरी हो मुलां अते मुलाणियां कोलों छुप छुप लंघीए चोरी हो। शायद हरेक मजहब शुरू विच अपनी धरती दी सच्ची सुची इलाही शायरी ही हुंदा है पर हौली हौली खुदगर्ज लोगों के हत्थां विच आ के उस शायरी तो दूर हो जाता है तो शायर उस कोलों दूर हो जाते हैं। सुल्तान बाहू होवे शाह हुसैन होवे बुल्ले शाह होवे के गुलाम फरीद ये दरवाजियां कोलों दूर हो के दिलां दे करीब आ जाते हैं। ये दीवारां वांग नहीं बोलते ये धरती वांग बोलते। चैनल पंजाब शान पंजाब टीवी।